ਦੇਖੋ ਇੱਕ ਵਾਰੀ ਫੇਰ ਤੋਂ ਕੇਂਦਰ ਦੀ ਭਾਜਪਾ ਸਰਕਾਰ ਦਾ ਪੰਜਾਬ ਤੇ ਕਿਸਾਨ ਵਿਰੋਧੀ ਚਿਹਰਾ ਜਿਹੜਾ ਉਹ ਨੰਗਾ ਹੋ ਚੁੱਕਾ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਕੇਂਦਰ ਨੂੰ ਕਹਿ ਰਹੀ ਸੀ ਕਿ ਜੋ ਸਟਾਕ ਫੂਡ ਗ੍ਰੇਨ ਦੇ ਭਰੇ ਪਏ ਨੇ ਪੰਜਾਬ ਦੇ ਗੋਦਾਮਾਂ ਦੇ ਵਿੱਚ ਉਹਨਾਂ ਨੂੰ ਤੁਸੀਂ ਖਾਲੀ ਕਰੋ, ਪਰ ਕੇਂਦਰ ਸਰਕਾਰ ਆਪਦੀਆਂ ਕੋਝੀਆਂ ਚਾਲਾਂ ਤੋਂ ਬਾਜ ਨਹੀਂ ਆਈ ਅਤੇ ਅੱਜ ਹਾਲਾਤ ਇਹ ਬਣੇ ਪਏ ਨੇ ਕਿ ਉਹਨਾਂ ਦੀਆਂ ਗਲਤ ਮਾੜੀਆਂ ਔਰ ਪੰਜਾਬ ਵਿਰੋਧੀ ਨੀਤੀਆਂ ਕਰਕੇ ਪੰਜਾਬ ਦੇ ਨਾਲ ਮਿੱਤਰੀ ਮਾਂ ਵਾਲਾ ਸਲੂਕ ਕੇਂਦਰ ਸਰਕਾਰ ਕਰਦੀ ਰਹੀ ਹੈ, ਬੀਜੇਪੀ ਕਰਦੀ ਰਹੀ ਹੈ, ਜਿਹਦੀ ਵਜ੍ਹਾ ਕਰਕੇ ਅੱਜ ਕਿਸਾਨ ਰੋਲ ਰਿਹਾ। ਕਿਉਂਕਿ ਜੋ ਗੋਦਾਮਾਂ ਦੇ ਵਿੱਚ ਫੂਡ ਗ੍ਰੇਨ ਸਟੋਰਡ ਪਿਆ ਕਣਕ ਔਰ ਚਾਵਲ, ਉਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਨੇ ਉਹਨੂੰ ਟਾਈਮਲੀ ਇੱਥੋਂ ਸ਼ਿਫਟ ਕਰਨਾ ਸੀ ਪੰਜਾਬ ਦੇ ਵਿੱਚੋਂ। ਬੜੀ ਵਾਰੀ ਪੰਜਾਬ ਸਰਕਾਰ ਵੱਲੋਂ ਚਿੱਠੀਆਂ ਲਿਖੀਆਂ ਗਈਆਂ, ਸੀਐਮ ਸਾਹਿਬ ਖੁਦ ਆਪ ਜਾ ਕੇ ਮਿਲੇ, ਪਰ ਉਹਨਾਂ ਦੇ ਕੰਨਾਂ 'ਤੇ ਜੂ ਨਹੀਂ ਸਰਕੀ ਹੈਗੀ ਔਰ ਸਿਰਫ ਉਹ ਇਸ ਮਨਸੂਬੇ ਦੇ ਨਾਲ ਕਰ ਰਹੇ ਨੇ ਕਿ ਜੋ ਪਿਛਲੇ ਸਮੇਂ ਦੇ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ 3 ਕਾਲੇ ਕਾਨੂੰਨ ਪੰਜਾਬ ਅਤੇ ਪੰਜਾਬੀਆਂ ਦੇ ਖਿਲਾਫ ਲਿਆਂਦੇ, ਉਹਦੇ ਵਿੱਚ ਮੂੰਹ ਦੀ ਕੇਂਦਰ ਸਰਕਾਰ ਨੂੰ ਖਾਣੀ ਪਈ। ਉਹਦਾ ਬਦਲਾ ਲੈਣ ਦੇ ਲਈ ਪੰਜਾਬ ਦੇ ਕਿਸਾਨਾਂ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਤੋਂ ਬਦਲਾ ਲੈਣ ਦੇ ਲਈ ਉਹ ਇਹੋ ਜਿਹੀਆਂ ਕੋਝੀਆਂ ਚਾਲਾਂ ਚੱਲ ਰਹੇ ਨੇ। ਇਹ ਅੱਜ ਦੀ ਨਹੀਂ ਲੰਬੇ ਸਮੇਂ ਤੋਂ ਪ੍ਰੈਕਟਿਸ ਚੱਲੀ ਆ ਰਹੀ ਹੈ ਕਿ FCI ਇਹ ਫੂਡ ਗ੍ਰੇਨ ਕਣਕ ਔਰ ਝੋਨਾ ਖਰੀਦਦੀ ਹੈ, ਉਹਨੂੰ ਮਿਲਿੰਗ ਕਰਾ ਕੇ ਬਾਹਰਲੀਆਂ ਸਟੇਟਾਂ ਦੇ ਵਿੱਚ ਕੰਜ਼ਿਊਮਿੰਗ ਸਟੇਟ ਦੇ ਵਿੱਚ ਲੈ ਕੇ ਜਾਂਦੀ ਹੈ। ਇਹ ਸਾਲ ਵੀ ਪਤਾ ਸੀਗਾ ਪਰ ਜਾਣ ਕੇ ਲੈ ਕੇ ਨਹੀਂ ਗਏ, ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ, ਉਹਨਾਂ ਦੀਆਂ ਪੁੱਤਾਂ ਵਰਗੀਆਂ ਪਾਲੀਆਂ ਹੋਈਆਂ ਫਸਲਾਂ ਨੂੰ, ਪੰਜਾਬ ਦੇ ਸ਼ੈਲਰ ਮਾਲਕਾਂ ਨੂੰ, ਪੰਜਾਬ ਦੇ ਆੜ੍ਹਤੀਆਂ ਨੂੰ, ਵਪਾਰੀਆਂ ਨੂੰ, ਮਜ਼ਦੂਰਾਂ ਨੂੰ ਉਹ ਸੜਕਾਂ 'ਤੇ ਰੋਲ ਸਕੇ। ਪਰ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਪੰਜਾਬ ਦੇ ਕਿਸਾਨਾਂ ਨੂੰ ਕਿ ਪੰਜਾਬ ਸਰਕਾਰ ਤੁਹਾਡੇ ਨਾਲ, ਪੰਜਾਬ ਦੇ ਕਿਸਾਨਾਂ ਆੜ੍ਹਤੀਆਂ ਸ਼ੈਲਰ ਮਾਲਕਾਂ ਦੇ ਨਾਲ ਖੜੀ ਹੈ, ਉਹਨਾਂ ਦੇ ਕਿਸੇ ਵੀ ਹਿੱਤ ਨੂੰ ਕੰਪਰੋਮਾਈਜ਼ ਨਹੀਂ ਹੋਣ ਦਿੱਤਾ ਜਾਊਗਾ। ਔਰ ਕੇਂਦਰ ਸਰਕਾਰ ਇਹ ਇਸੇ ਚਾਲ ਦੇ ਤਹਿਤ ਕਿ ਉਹ ਕਿਸਾਨਾਂ ਨੂੰ ਮਜਬੂਰ ਕਰਕੇ ਇਸ ਕਿਸਾਨੀ ਦੇ ਵਿੱਚੋਂ ਕੱਢੇ, ਸ਼ੈਲਰ ਮਾਲਕਾਂ ਔਰ ਆੜ੍ਹਤੀਆਂ ਦੇ ਨੱਕ ਦੇ ਵਿੱਚ ਦਮ ਕਰਕੇ, ਤਾਂ ਕਿ ਉਹ ਸਾਰਾ ਪੰਜਾਬ ਦਾ ਜੋ ਫੂਡ ਗ੍ਰੇਨ ਦਾ ਕੰਮ ਹੈ ਉਹ ਆਪਦੇ ਇੱਕੋ ਇੱਕ ਯਾਰ ਅਡਾਨੀ ਨੂੰ ਸੰਭਾਲ ਸਕਣ, ਜੋ ਕਿ ਕਰੋੜਾਂ ਅਰਬਾਂ ਰੁਪਏ ਦਾ ਕੰਮ ਹੈ। ਔਰ ਅੱਜ ਸਿਰਫ ਔਰ ਸਿਰਫ ਕੇਂਦਰ ਸਰਕਾਰ ਦਾ, ਭਾਜਪਾ ਦਾ ਇੱਕ ਦੋਸਤ ਅਡਾਨੀ ਪੰਜਾਬ ਦੇ 3 ਕਰੋੜ ਪੰਜਾਬੀਆਂ ਨਾਲੋਂ ਵੱਧ ਪਿਆਰਾ ਹੈ, ਉਹ BJP ਨੂੰ ਅੱਜ ਲੱਗ ਰਿਹਾ ਹੈ। ਪਰ ਪੰਜਾਬ ਸਰਕਾਰ ਪੰਜਾਬੀਆਂ ਦੇ, ਕਿਸਾਨਾਂ ਦੇ, ਸ਼ੈਲਰ ਮਾਲਕਾਂ ਦੇ ਔਰ ਆੜ੍ਹਤੀਆਂ ਦੇ ਹਿੱਤ ਦੇ ਨਾਲ ਖੜੀ ਹੈ। ਇਹ ਇੱਕ ਬੌਂਡ ਹੈ ਜਿਹਨੂੰ ਕਦੇ ਵੀ ਖਤਮ ਨਹੀਂ ਹੋਣ ਦਿੱਤਾ ਜਾਊਗਾ। ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਹਿੱਤ ਦੀ ਰੱਖਿਆ ਦੇ ਲਈ ਕਿਸੇ ਵੀ ਹੱਦ ਤੱਕ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਜਾਏਗੀ।